वेलकम टू माई चैनल अच्छा देखा डेफिनेशन ऑफ नॉर्मल सीरीज सब नॉर्मल सीरीज एंड सॉल्वेबल ग्रुप ए सीरीज ऑफ सब ग्रुप जी इज इक्वल टू जी नॉट कंटेन जी वन कंटेन जी टू सो ऑन कंटेन जी आर इज इक्वल टू आइडेंटिटी इज कॉल्ड ਨਾਰਮਲ ਸੀਰੀਜ਼ ਇਫ GI ਇਜ਼ ਨਾਰਮਲ ਟੂ G ਠੀਕ ਹੈ ਫਰੈਂਡਸ ਇੱਕ ਸੀਰੀਜ਼ ਲੈਤੀ ਹੈ ਸਬ ਗਰੂਪਸ ਦੀ G1 G2, G2 R, ले ले G R ਸਾਰੇ ਕੀ ਨੇ ਆਪਣੇ ਸਬ ਗਰੁੱਪ ਨੇ ਠੀਕ ਹੈ ਸਬ ਗਰੁੱਪ ਦੀ ਆਪਾਂ ਸੀਰੀਜ਼ ਲੈ ਲਈ ਨਾਰਮਲ ਸਬ ਗਰੁੱਪਸ ਦੀ ਸੀਰੀਜ਼ ਲੈਤੀ ਹੈ ਤੇ ਸੀਰੀਜ਼ ਨੂੰ ਆਪਾਂ ਨਾਰਮਲ ਸੀਰੀਜ਼ ਕਦੋਂ ਬੋਲਾਂਗੇ ਜਦੋਂ GI ਇਜ਼ ਨਾਰਮਲ ਸਬ ਗਰੁੱਪ ਆਫ G ਕੰ ਦਾ ਮਤਲਬ ਕਿ ਜੀ1 ਵੀ ਨਾਰਮਲ ਹੋ ਜਾ ਜੀ ਦੇ ਵਿੱਚ ਜੀ2 ਵੀ ਨਾਰਮਲ ਹੋ ਜਾ ਜੀ ਦੇ ਵਿੱਚ ਐਂਡ ਸੋ ਔਨ ਜੀ ਆਰ ਵੀ ਨਾਰਮਲ ਹੋ ਜਾ ਜੀ ਦੇ ਵਿੱਚ ਤਾਂ ਇਸ ਸੀਰੀਜ਼ ਨੂੰ ਆਪਾਂ ਬੋਲਾਂਗੇ ਨਾਰਮਲ ਸੀਰੀਜ਼ ਨੈਕਸਟ ਡੈਫੀਨੇਸ਼ਨ ਹੈ ਸਬਨਾਰਮਲ ਸੀਰੀਜ਼ ਫਰੈਂਡਸ ਇਹ ਸੀ ਸੀਰੀਜ਼ ਨੂੰ ਆਹ ਵਾਲੀ ਸੀਰੀਜ਼ ਹੈ ਜਿਹੜੀ ਆਪਣੀ ਇਸ ਨੂੰ ਆਪਾਂ ਸਬਨਾਰਮਲ ਸੀਰੀਜ਼ ਬੋਲਾਂਗੇ ਜਦੋਂ ਜੀ ਆਈ 1 ਇਜ਼ ਨਾਰਮਲ ਟੂ ਜੀ ਆਈ ਕਿਆ ਮਤਲਬ ਕਿ ਜੀ ਨਾਟ ਕਿਸ ਦੇ ਨਾਲ ਨਾਰਮਲ ਹੋ ਜਾਏ ਜੀ 1 ਦੇ ਨਾਲ ਤੇ ਜੀ 1 ਕਿਸ ਦੇ ਨਾਲ ਨਾਰਮਲ ਹੋ ਜਾਏ ਜੀ 2 ਦੇ ਨਾਲ ਐਂਡ ਸੋ ਔਨ ਜੀ ਆਰ 1 ਕਿਸ ਦੇ ਨਾਲ ਨਾਰਮਲ ਹੋ ਜਾਏ ਜੀ ਆਰ ਦੇ ਨਾਲ ਤੇ ਸੀਰੀਜ਼ ਨੂੰ ਆਪਾਂ ਬੋਲਾਂਗੇ ਸਬਨਾਰਮਲ ਸੀਰੀਜ਼ ਐਂਡ ਆਰ ਇਜ਼ ਲੈਂਥ ਆਫ ਦ ਸੀਰੀਜ਼ ਇਸ ਸੀਰੀਜ਼ ਦੀ ਲੈਂਥ ਹੈ ਫਰੈਂਡਸ ਆਰ ਆਪਣੀ ਸੀਰੀਜ਼ ਦੀ ਲੈਂਥ ਹੈ ਕਿ ਕਿੰਨੇ ਉਸ ਦੇ ਕੋਲ ਸਬ ਗਰੁੱਪਸ ਨੇ ਤੇ ਉਸ ਦੀ ਲੈਂਥ ਡਿਫਾਈਨ ਕਰ ਰਹੇ ਆਪਾਂ ਇਸ ਸੀਰੀਜ਼ ਦੀ ਤਾਂ ਇਹ ਬਣੇਗਾ ਆਪਣੇ ਕੋਲ ਨੋਰਮਲ ਸੀਰੀਜ਼ ਐਂਡ ਸਬਨੋਰਮਲ ਸੀਰੀਜ਼ ਇਹਨਾਂ ਦੋਨਾਂ ਦੀ ਆਪਣੀ ਡਿਫੀਨੇਸ਼ਨ ਦੇਖ ਚੁੱਕੇ ਆ ਤਾਂ ਫਰੈਂਡਸ ਕੱਲ ਨੂੰ ਆਪਾਂ ਦੇਖਾਂਗੇ ਸੋਲਵੇਬਲ ਗਰੁੱਪ ਕੀ ਹੁੰਦਾ ਹੈ ਕੰਪੋਜੀਸ਼ਨ ਸੀਰੀਜ਼ ਕੀ ਹੁੰਦੀਆਂ ਨੇ ਤੇ ਇਹਨਾਂ ਦੇ ਨਾਲ ਇੱਕ ਮੋਸਟ ਇੰਪੋਰਟੈਂਟ ਥਿਊਰਮ ਹੈ ਜਾਰਡਨ ਹੋਲਡਰ ਥਿਊਰਮ ਤੋਂ ਸਭ ਤੋਂ ਮੋਸਟ ਇੰਪੋਰਟੈਂਟ ਥਿਊਰਮ ਹੈ ਉਹ ਹਰ ਵਾਰ ਪੇਪਰ ਚ ਆਂਦੀ ਹੈ ਤਾਂ ਆਪਾਂ ਉਸ ਦੇ ਬਾਰੇ ਦੇਖਾਂਗੇ ਠੀਕ ਹੈ